ਸਤਿ ਸ਼੍ਰੀ ਅਕਾਲ, ਵੈਲਕਮ ਟੂ ਬਲੂਬਰਡ ਰਿਵੋ। ਅੱਜ ਤੁਹਾਡੇ ਨਾਲ ਜਿਹੜੇ ਰੀਸੈਂਟ ਰਿਜ਼ਲਟਸ ਚੱਲ ਰਹੇ ਆ ਕੈਨੇਡਾ ਤੋਂ, ਬਾਕੀ ਅਦਰਸ ਕੰਟਰੀਜ਼ ਤੋਂ, ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ। ਕੁਛ ਰਿਜ਼ਲਟਸ ਆਏ ਹੋਏ ਨੇ ਡਿਫਰੈਂਟ ਕੰਟਰੀਜ਼ ਤੋਂ। ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਕੈਨੇਡਾ ਤੋਂ। ਕੈਨੇਡਾ ਦਾ ਇੱਕ ਸਟਿੱਕਰ ਇਹ ਲੱਗਾ ਹੋਇਆ ਹੈ, ਇੱਕ ਸਟਿੱਕਰ ਇਹ ਲੱਗਾ ਹੋਇਆ, ਇੱਕ ਇਹ ਹੈ, ਤਾਂ ਇੱਕ ਇਹ ਹੈ। ਟੋਟਲ ਇਹ ਚਾਰ ਵੀਜ਼ਾ ਜਿਹੜੇ ਆ ਲੱਗ ਕੇ ਆਏ ਹੋਏ ਨੇ। ਅਤੇ ਰੀਸੈਂਟ ਜਿਵੇਂ ਤੁਹਾਨੂੰ ਪਤਾ ਹੈ ਕਿ ਕੈਨੇਡਾ ਕਾਫੀ ਵਧੀਆ ਰਿਜ਼ਲਟ ਦੇ ਰਿਹਾ ਹੈ, ਅਤੇ ਇਸ ਟਾਈਮ ਟਾਈਮ ਹੈ ਕੈਨੇਡਾ ਦੇ ਵਿੱਚ ਵੀਜ਼ਾ ਅਪਲਾਈ ਕਰਨ ਦਾ। ਅਤੇ ਜੇ ਤੁਹਾਡਾ ਪਲਾਨ ਹੈ ਕੈਨੇਡਾ ਅਪਲਾਈ ਕਰਨ ਦਾ, ਬਿਲਕੁਲ ਕਰੋ। ਅਤੇ ਉਸ ਤੋਂ ਬਾਅਦ ਨੈਕਸਟ ਕੰਟਰੀ ਹੈ ਚਾਈਨਾ, ਜੇ ਕਿਸੇ ਨੇ ਟਰੈਵਲ ਹਿਸਟਰੀ ਬਣਾਉਣੀ ਹੈ, ਬਹੁਤ ਵਧੀਆ ਕੰਟਰੀ ਹੈ, ਅਤੇ ਚਾਈਨਾ ਦਾ ਵੀਜ਼ਾ ਲੱਗ ਕੇ ਆਇਆ। ਦੈਨ ਜੇ ਆਪਾਂ ਗੱਲ ਕਰਦੇ ਹਾਂ ਹੁਣ ਸ਼ੈਨਗਨ ਦੀ, ਸ਼ੈਨਗਨ ਦਾ ਵੀ ਕਾਫੀ ਇਹਨੂੰ ਹੁੰਦਾ ਕਿ ਸ਼ੈਨਗਨ 'ਚ ਕੀ ਰਿਜ਼ਲਟ ਚੱਲ ਰਿਹਾ। ਸ਼ੈਨਗਨ ਦੇ ਵਿੱਚ ਵੀ ਕੰਟੀਨਿਊ ਰਿਜ਼ਲਟ ਚੱਲ ਰਹੇ ਨੇ, ਜਿਵੇਂ ਕਿ ਲਾਸਟ ਇੱਕ ਵੀਡੀਓ ਤੁਹਾਡੇ ਨਾਲ ਦਿਖਾਇਆ ਸੀਗਾ ਕਿ 5 ਰਿਫਿਊਜ਼ਲ ਤੋਂ ਬਾਅਦ ਵੀ ਸ਼ੈਨਗਨ ਵੀਜ਼ਾ ਆਇਆ ਹੋਇਆ ਸੀਗਾ, ਅਤੇ ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਆਉਂਦੇ ਨੇ। ਉਸ ਤੋਂ ਬਾਅਦ ਨੈਕਸਟ ਹੈ ਆਪਣਾ ਸਾਊਥ ਕੋਰੀਆ। ਸਾਊਥ ਕੋਰੀਆ ਦਾ ਇੱਕ ਰਿਜ਼ਲਟ ਆਇਆ ਹੋਇਆ। ਇਸ ਤੋਂ ਬਾਅਦ ਸਾਡੇ ਕੋਲ ਇੱਕ ਸਪੇਨ ਦਾ ਹੋਰ ਵੀਜ਼ਾ ਹੈ। ਸਪੇਨ ਦਾ ਇਹ ਵੀਜ਼ਾ ਜੋ ਹੈ ਇਹ 1 ਸਾਲ ਦਾ ਆਇਆ ਹੋਇਆ ਹੈ। ਫਿਰ ਆਪਣਾ ਕੋਲ ਇੱਕ ਨਿਊਜ਼ੀਲੈਂਡ ਦਾ ਵੀਜ਼ਾ ਹੈ, ਨਿਊਜ਼ੀਲੈਂਡ ਤੋਂ ਵੀ ਇੱਕ ਵੀਜ਼ਾ ਹੁਣ ਅਪਰੂਵ ਹੋ ਕੇ ਆਇਆ। ਫਿਰ ਆਪਣੇ ਕੋਲ ਵੀਜ਼ਾਜ਼ ਨੇ ਯੂਕੇ ਦੇ, ਯੂਕੇ ਤੋਂ ਵੀ ਵੀਜ਼ਾ ਆਇਆ। ਅਤੇ ਇਸ ਟਾਈਮ ਜੇ ਟ੍ਰੈਂਡਿੰਗ ਕੰਟਰੀਜ਼ ਦੀ ਗੱਲ ਕਰੀਏ ਤਾਂ ਕਾਫੀ ਐਵੇਂ ਦੀ ਕੰਟਰੀਜ਼ ਨੇ ਜਿੱਥੋਂ ਵੀਜ਼ਾਜ਼ ਆ ਰਹੇ ਨੇ। ਜੇ ਤੁਹਾਡਾ ਪਲਾਨ ਹੈ ਟਰੈਵਲ ਕਰਨ ਦਾ, ਇਹਨਾਂ ਕੰਟਰੀਜ਼ ਤੁਸੀਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਬਿਲਕੁਲ ਕਰੋ, ਕਿਉਂਕਿ ਵੀਜ਼ਾ ਰਿਜ਼ਲਟ ਜਿਹੜੇ ਆ ਪੋਜ਼ਿਟਿਵ ਚੱਲ ਰਹੇ ਨੇ, ਰਿਜ਼ਲਟਸ ਵਧੀਆ ਆ ਰਹੇ ਨੇ, ਅਤੇ ਇੱਕ ਮੌਕਾ ਹੁੰਦਾ ਵੀਜ਼ਾ ਲੈਣ ਦਾ, ਅਤੇ ਕੈਨੇਡਾ 'ਚ ਸਭ ਤੋਂ ਵਧੀਆ ਮੌਕਾ ਹੈ, ਕਿਉਂਕਿ ਕੈਨੇਡਾ 'ਚ ਤੁਹਾਡੀ ਭਾਵੇਂ ਕਿੰਨੀਆਂ ਵੀ ਰਿਫਿਊਜ਼ਲਸ ਨੇ, ਉਸ ਤੋਂ ਬਾਅਦ ਵੀ ਵੀਜ਼ਾ ਆ ਰਿਹਾ, ਅਤੇ ਬਹੁਤ ਵਧੀਆ ਚਾਂਸ ਹੈ, ਤੁਹਾਨੂੰ ਆਪਣਾ ਵੀਜ਼ਾ ਜ਼ਰੂਰ ਅਪਲਾਈ ਕਰਨਾ ਚਾਹੀਦਾ। ਅਤੇ ਵੀਜ਼ਾ ਅਪਲਾਈ ਕਰਨ ਲਈ ਦਿੱਤੇ ਗਏ ਨੰਬਰ 'ਤੇ ਵਟਸਐਪ ਕਰਕੇ ਜਾਂ ਕਾਲ ਕਰਕੇ ਆਪਣਾ ਵੀਜ਼ਾ ਅਪਲਾਈ ਕਰਵਾ ਸਕਦੇ ਹੋ। ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ 'ਚ ਨਵੀਂ ਇਨਫੋਰਮੇਸ਼ਨ ਦੇ ਨਾਲ।